ਬੜੀਆਂ ਰੋਈਆਂ। ਇਸ ਤੋਂ ਇਸ ਤਰ੍ਹਾਂ ਦਾ ਹੋਣਾ, ਸਾਰਾ ਜਹਾਨ ਕੰਗਾਲ ਲਓ, ਕਿਧਰੇ ਲੋਕ ਬਖੀਲ ਔਰ ਕੰਜੂਸ ਹੈ, ਕਿਧਰੇ ਹੈ ਲੱਖ ਲੋਟਾ ਸਾਰਾ ਉਜਾੜ ਜੁੜ ਜਾਂਦੇ, ਬਾਕੀਆਂ ਦੇ ਹਕੂਕ ਮਾਰ ਦਿੰਦੇ, ਕੋਈ ਇਨਸਾਫ ਕਰਦਾ ਕਿਸੇ 'ਤੇ ਰਹਿਮ ਨਹੀਂ ਕਰਦਾ, ਕਿਸੇ ਪਾਸੇ ਰਹਿਮ ਹੁੰਦਾ ਉਹ ਫਿਰ ਇਨਸਾਫ ਕਰ ਦਿੰਦੇ। ਮਗਰ ਅੱਲਾਹ ਦੇ ਰਸੂਲ ਅਲੈਹਿ ਸਲਾਮ ਬਿਲਕੁਲ ਐਸੀ ਇੱਕ ਜ਼ਾਤ ਪਾਕ ਸੀ, ਤਦ ਆਖਿਆ ਅੱਲਾਹ ਦੁਨੀਆਂ 'ਚ ਵੀ ਔਰ ਆਖਰਤ 'ਚ ਆਪ ਦੀ ਸ਼ਾਨ ਬੜਾ, ਇੱਦਾਂ ਦੀ ਸ਼ਾਨ ਵਾਲਾ ਕੁਝ ਅਮਣਾ। ਮੁੱਦਤ ਤਮਾਮ ਗਸ਼ਤੋ ਬਪਾਇਆ ਰਸੀਦ ਉਮਰ, ਮੈਂ ਤੁਹਾਨੂੰ ਆਖਰੀ ਗੱਲ ਸੁਣਾਉਣਾ, ਵਕਤ ਗਿਆ ਮੁੱਖ ਅਤੇ ਉਮਰ ਗਈ ਅਖੀਰ ਨੂੰ ਪਹੁੰਚ। ਸ਼ਾਇਰ ਆਉਂਦਾ, ਮੁੱਦਤ ਤਮਾਮ ਗਸ਼ਤੋ ਬਪਾਇਆ ਰਸੀਦ ਉਮਰ, ਮਾਂ ਹਮ ਚੁਣਾ ਦਰਬਲੇ ਵਸਫੇ ਤੂੰ ਮੰਨਦਾ। ਅਤੇ ਅਜੇ ਅਸੀਂ ਤੇਰੀ ਬਿਸਮਿਲਾ ਸ਼ੁਰੂ ਕਰ ਰਹੇ ਹਾਂ, ਤੇਰੀ ਤਾਰੀਫ ਦੀ ਗੱਲ ਅਜੇ ਬਿਸਮਿਲਾ 'ਤੇ ਆ, ਉਮਰ ਮੁੱਕ ਗਈ ਆ, ਕੌਣ ਬਿਆਨ ਕਰ ਰਿਹਾ। ਲੋਕ ਥੱਕ ਗਏ ਲਿਖ ਲਿਖ ਕੇ, ਇੰਨੀਆਂ ਕਿਤਾਬਾਂ ਦੁਨੀਆ ਦੀ ਹਰ ਜ਼ਬਾਨ 'ਚ ਲਿਖੀਆਂ ਗਈਆਂ, ਬਈ ਲੋਕਾਂ ਨੇ ਆਪਣੇ ਨਬੀਆਂ 'ਤੇ ਵੀ ਨਹੀਂ ਲਿਖੀਆਂ ਜਿੰਨੀਆਂ ਹਜ਼ੂਰ 'ਤੇ ਲਿਖੀਆਂ, ਕਾਫਰਾਂ ਤੱਕ। ਹੈਰਾਨ ਹੋ ਜਾਈ ਤੁਹਾਨੂੰ, ਇਹੋ ਜਿਹਾ ਆਦਮੀ ਕਿਸ ਤਰ੍ਹਾਂ ਆਪਦੇ ਅੰਦਰ ਇਕੱਠੀ ਹੋਈ ਸ਼ਾਇਆ। ਅਲਾਮਾ ਇਕਬਾਲ ਰਹਿਮਤੁਲਾਹ ਅਲੈਹ ਫਰਮਾਉਂਦੇ, ਸ਼ੌਕ 'ਤੇ ਸੰਜਰੋ ਸਲੀਮ ਤੇਰੇ ਜਲਾਲ ਕੀ ਨਮੂਦ। ਜਦੋਂ ਲੋਕਾਂ ਨੇ ਤੇਰੇ ਜਲਾਲ ਨੂੰ ਵੇਖਿਆ ਕਿ ਹਕੂਮਤ ਦੁਨੀਆ 'ਤੇ ਕਿਸ ਤਰ੍ਹਾਂ ਕਰਨੀ ਚਾਹੀਦੀ, ਤੇਰਾ ਹੈ ਪਹਿਲੂ, ਤੇਰੀ ਉਮਤਦਾਰ ਹੈ। ਉਮਤ ਕੀ ਹੈ? ਰਸੂਲਾਂ ਦਾ ਫਲ ਹੈ ਉਮਤ, ਹੋਰ ਕੋਈ ਸ਼ਾਇ ਨਹੀਂ, ਹਜ਼ੂਰ ਦਾ ਜ਼ਹੂਰ ਹੈ। ਇਹ ਸਾਰੀ ਬਰਕਤ ਹਜ਼ੂਰ ਦੀ ਹੈ, ਕਿਧਰੇ ਮੁਹੱਦਸ ਆ, ਕਿਧਰੇ ਫਕੀਹ ਆ, ਕਿਧਰੇ ਮੁਫਸਰ ਆ, ਕਿਧਰੇ ਫਾਤਿਹ ਆ, ਕਿਧਰੇ ਫਲਸੀ ਹੈ ਸਾਰੇ ਦੇ। ਜਿਵੇਂ ਸੈਦ ਅਬੂ ਹਸਨ ਨਜ਼ਵੀ ਰਹਿਮਤੁਲਾਹ ਅਲੈਹ ਇੱਕ ਮਜਲਿਸ ਬਣਾਈ ਅਰਬੀ ਜ਼ਬਾਨ, ਫਰਮਾਇਆ ਜਦੋਂ ਮੈਂ ਹਜ਼ੂਰ ਦਾ ਦਰਬਾਰ ਵਹਿਣਾ ਤਾਂ ਮੈਨੂੰ ਨਜ਼ਰ ਆਉਂਦਾ ਬੈਠੇ ਕਤਾਰਾਂ 'ਚ ਗਜ਼ਾਲੀ ਰਾਜ਼ੀ ਵਰਗੇ ਫਲਸਫੀ ਸਿਰ ਨੀਵਾਂ ਕਰਕੇ ਬੈਠੇ, ਇੱਥੇ ਅਬੂ ਹਨੀਫਾ ਔਰ ਮਾਲਕ ਜੈਸੇ ਫਕੀਹ ਬੈਠੇ, ਇੱਧਰ ਬੁਖਾਰੀ ਔਰ ਮੁਸਲਿਮ ਜੈਸੇ ਸਿਰ ਨੀਵੇਂ ਕਰਕੇ ਬੈਠੇ। ਜਿੱਧਰ ਨਜ਼ਰ ਆਉਂਦੀ ਹੈ, ਕੋਈ ਜਾਹਲਾਂ ਦਾ ਨਹੀਂ, ਅਨਪੜ੍ਹਾਂ ਦਾ ਨਹੀਂ, ਦੁਨੀਆ ਦੇ ਚੋਟੀ ਜਿਹੇ ਲੋਕ ਜਿਹੜੇ ਆ ਉਹ ਇੱਜ਼ਤ ਸਮਝਦੇ ਆ, ਅਸੀਂ ਹਜ਼ੂਰ ਦੇ ਨੌਕਰਾਂ ਸ਼ਾਮਿਲ। ਸ਼ੌਕ 'ਤੇ ਸੰਜਰੋ ਸਲੀਮ ਤੇਰੇ ਜਲਾਲ ਕੀ ਨਮੂਦ। ਆਂਦਾ ਜਿਹੜਾ ਸੰਜਰ ਹੋਇਆ ਅਤੇ ਸਲੀਮ ਹੋਇਆ ਤੁਰਕਾਂ ਦਾ, ਇਹ ਕੀ ਹੈ? ਰਸੂਲਾਂ ਦੇ ਆਦਮਾ ਖਾਦਮ ਹੈ, ਇਹ ਤੇਰੇ ਜਲਾਲ ਕੀ ਨਮੂਦ, ਜਿਹੜਾ ਤੂੰ ਦੱਸਿਆ ਸੀ ਨਾ ਕਿ ਦੁਨੀਆ 'ਤੇ ਹਕੂਮਤ ਕਰੋ, ਇਹ ਉਹਦਾ ਨਮੂਨਾ। ਫਕਰੇ ਦੁਨੈਦੋ ਬਾਜੀ ਤੇਰਾ ਜਮਾਲੇ ਬੇਨਕਾਬ। ਅਤੇ ਜੇ ਲੋਕਾਂ ਨੇ ਵੇਖਿਆ ਬਾਜੀ ਬਸਤਾਮੀਆਂ ਅਤੇ ਇੱਧਰ ਐਸੇ ਐਸੇ ਵਲੀ ਹੈ, ਉਹ ਕੀ ਹੈ? ਤੇਰਾ ਜਮਾਲੇ ਬੇਨਕਾਬ, ਤੇਰੇ ਅੰਦਰ ਜੋ ਛੁਪੀਆਂ ਖੂਬੀਆਂ ਸੀ, ਤਕਵਾ ਸੀ, ਜ਼ੋਹਦ ਸੀ, ਵਰਾ ਸੀ, ਪਰਹੇਜ਼ਗਾਰੀ ਸੀ, ਅੱਲਾਹ ਨਾਲ ਪਿਆਰ ਸੀ, ਉਹਦਾ ਰੰਗ ਲੋਕਾਂ ਨੇ ਇਹ ਵੇਖਿਆ। ਫਕਰੇ ਜੁਨੈਦੋ ਬਾਜੀ, ਜੁਨੈਦ ਬਗਦਾਦੀ ਨਜ਼ਰ ਆਇਆ, ਬਾਜੀ ਬਸਤਾਮੀ ਨਜ਼ਰ ਆਏ, ਔਰ ਐਸੇ ਐਸੇ ਕਿ ਮਜੂਸੀ ਕਿਸੇ ਨੂੰ ਆਖਿਆ, ਬੁੱਧ ਅੱਗ ਪੂਜਣਾ ਨੂੰ ਇਸਲਾਮ ਲਿਆ, ਉਹਨੇ ਆਖਿਆ ਭਾਈ ਜੇ ਇਸਲਾਮ ਉਹ ਆ ਜਿਹੜਾ ਬਾਜੀ ਬਸਤਾਮੀ ਨਾਲ, ਤਾਂ ਮੈਂ ਨਹੀਂ ਇਹ ਕਰ ਸਕਦਾ, ਅਤੇ ਜੇ ਇਸਲਾਮ ਉਹ ਆ ਜਿੱਥੇ ਤੁਸੀਂ ਚੱਲਦੇ ਤਾਂ ਮੈਂ ਐਵੇਂ ਚੰਗਾ, ਇਹੋ ਜਿਹਾ ਇਸਲਾਮ ਨੂੰ ਸਲਾਮ ਆ, ਤੁਸੀਂ ਜਿਹੜੇ ਤੁਹਾਡੇ ਤੋਂ ਅਸੀਂ ਮਜੂਸੀ ਚੰਗੇ। ਹਾਂ, ਮਗਰ ਐਸੇ ਲੋਕ ਪੈਦਾ ਹੋਏ, ਸ਼ੌਕ 'ਤੇ ਸੰਜਰੋ ਸਲੀਮ ਤੇਰੇ ਜਲਾਲ ਕੀ ਨਮੂਦ, ਫਕਰੇ ਜੁਨੈਦੋ ਬਾਜੀ ਤੇਰਾ ਜਮਾਲੇ ਬੇਨਕਾਬ। ਔਰ ਜਦੋਂ ਇਲਮ ਦੀ ਵਾਰੀ ਆਈ, ਐਸਾ ਸ਼ਖਸ ਕਰੋੜਾਂ ਦਰੂਦ ਸਲਾਮ, ਕਰੋੜਾਂ ਕੀ ਤਾਦਾਦ, ਕਿ ਬਿਲਕੁਲ ਨਹੀਂ ਕੋਈ ਹਰਫ ਪੜਿਆ, ਕਿਤਾਬ ਨੂੰ ਹੱਥ ਨਹੀਂ ਲਾਇਆ, ਹੈਂ, ਮਗਰ ਸਾਹਮਣੇ ਕੌਣ ਬੈਠੇ? ਅਨਪੜ੍ਹ, ਅਨਪੜ੍ਹ ਪੀਰ ਮੰਨਦੇ ਤੇ ਅਸੀਂ ਆਉਂਦੇ, ਜਿੱਦਾਂ ਦਾ ਇਹ ਆ ਉਦਾਂ ਦੇ ਇਹਨਾਂ ਦਾ ਪੀਰ ਸੀ ਬਈ। ਇੱਥੇ ਤਾਂ ਫਲਸੀ ਬੈਠੇ, ਕਾਨੂੰਨ ਦਾਨ ਬੈਠੇ, ਮੁਫੱਕਰ ਔਰ ਮੁਹੱਦਿਸ ਬੈਠੇ, ਔਰ ਦੋ ਕਿਸਮ ਦੇ, ਤੇਰੀ ਨਿਗਾਹੇ ਨਾਜ਼ ਸੇ ਦੋਨੋਂ ਮੁਰਾਦ ਪਾ ਗਏ। ਜਦੋਂ ਤੂੰ ਨਜ਼ਰੇ ਕਰਮ ਉਠਾਈ, ਦੋਵੇਂ ਗਰੋਹ ਸੀ, ਇੱਕ ਅਕਲ ਦੇ ਪੁਜਾਰੀ ਸੀ, ਦਾਨਸ਼ਵਰ ਫਲਸਵੀ, ਦੂਜੇ ਪਾਸੇ ਸੂਫੀ ਸੀ। ਤੇਰੀ ਨਿਗਾਹੇ ਨਾਜ਼ ਸੇ ਦੋਨੋਂ ਮੁਰਾਦ ਪਾ ਗਏ, ਅਕਲ ਗਿਆ ਬੋ ਜੁਸਤਜੂ ਇਸ਼ਕ ਹਜ਼ੂਰ ਹੋਏ ਸਿਰਾ। ਜਿਨ੍ਹਾਂ 'ਚ ਇਸ਼ਕ ਦਾ ਰੰਗ ਗਾਲਬ ਸੀ, ਉਹਨਾਂ ਨੂੰ ਖੁਦਾ ਵਖਾਤਾ ਤੋਂ ਜ਼ਿਕਰ 'ਚ ਗੁੰਮ ਹੋ ਗਏ, ਬਸ ਰੋਂਦੇ ਰਹੇ ਅਤੇ ਅੱਲਾਹ ਨੂੰ ਯਾਦ ਕਰਦੇ ਰਹੇ। ਜਿਨ੍ਹਾਂ 'ਤੇ ਅਕਲ ਦਾ ਗਲਬਾ ਸੀ, ਰਾਜ਼ੀ ਵਰਗਿਆਂ 'ਤੇ ਸਾਰਾ, ਤੋਂ ਫਲਸਫੇ 'ਚ ਰੁੱਬ ਗਿਆ, ਗਿਆਬ ਹੋ ਜਸੂ ਟੂੰਡਦੇ ਰਹੇ ਗਾਂ ਤੋਂ ਗਾਂ। ਤੇਰੀ ਨਿਗਾਹੇ ਨਾਜ਼ ਸੇ ਦੋਨੋਂ ਮੁਰਾਦ ਪਾ ਗਏ, ਅਕਲ ਗਿਆਬ ਹੋ ਜਸਤਜੂ ਇਸ਼ਕ ਹਜ਼ੂਰ ਹੋਏ ਸਿਰਾ।